ਨਮਸਕਾਰ ਦੋਸਤੋ, ਹੁਣੇ ਅਸੀਂ ਪਹਿਲਾਂ ਤੁਹਾਨੂੰ ਵੀਡੀਓ 'ਚ ਦਿਖਾ ਚੁੱਕੇ ਹਾਂ ਕਿ ਚੋਪਰ ਚੱਲਦਾ, ਹੁਣ ਉਸ ਤੋਂ ਬਾਅਦ ਚੋਪਰ ਤੋਂ ਬਾਅਦ ਰੋਟਾਵੇਟਰ ਚੱਲ ਰਿਹਾ। ਆਹ ਤੁਸੀਂ ਦੇਖ ਰਹੇ ਹੋ ਜ਼ਮੀਨ ਬਣੀ ਹੋਈ, ਚੋਪਰ ਵੱਜਣ ਤੋਂ ਬਾਅਦ ਹੀ ਆ ਰੋਟਾਵੇਟਰ ਬਿਲਕੁਲ ਆ ਥੱਲੇ ਕਰਨ ਦਿਖਾਓਗੇ ਤੁਸੀਂ, ਬਿਲਕੁਲ ਮਿੱਟੀ 'ਚ ਰਲ ਚੁੱਕੀ ਹੈ ਜਿਹੜੀ ਪਰਾਲੀ ਹੈ, ਅਤੇ ਹੁਣ ਇਹ ਬਿਜਾਈ ਲਈ ਤਿਆਰ ਆ। ਜੀਰੋ ਡਰਿੱਲ ਵੀ ਚੱਲ ਸਕਦੀ ਹੈ, ਹੈਪੀ ਸੀਡਰ ਨਾਲ ਵੀ ਆਪਾਂ ਇਸਦੀ ਬਿਜਾਈ ਕਰ ਸਕਦੇ ਹਾਂ, ਅਤੇ ਆਲੂ ਬੀਜਣ ਵਾਲੇ ਕਿਸਾਨ ਇਸ ਨੂੰ ਦੁਬਾਰਾ ਤੰਗਾਂ ਨਾਲ ਵਾਹ ਕੇ ਜਾਂ ਕਲਟੀਵੇਟਰ ਮਾਰ ਕੇ ਅਤੇ ਇਸ 'ਤੇ ਬਿਜਾਈ ਕਰ ਸਕਦੇ ਆ। ਚੱਲ ਦੋਸਤੋ, ਇਸ ਚੋਪਰ ਤੋਂ ਰੋਟਾਵੇਟਰ ਵੱਜਣ ਤੋਂ ਬਾਅਦ ਕਲਟੀਵੇਟਰ ਵੀ ਮਾਰੇ ਜਾ ਸਕਦੇ। ਇਹ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਕਲਟੀਵੇਟਰ ਵੱਜਦੇ ਨੇ, ਕਲਟੀਵੇਟਰ ਵੱਜਣ ਤੋਂ ਬਾਅਦ ਕਿਵੇਂ ਜੀ